अपनी हकी मंगा नु लेके गुरदासपुर दे विच पावरकॉम दे अधिकारियों ने दफ्तर दे मुख गेट नु ताला मार के गेट रैली कीती अते कहा कि मुख्यमंत्री चरणजीत सिंह चन्नी खजाना मंत्री मनप्रीत सिंह बादल दे अधीन काम कर रहा है, इसलिए उन्हां दीआं मंगां नु पूरा नहीं किया जा रहा। बीते लंबे समय तो पंजाब सरकार वालों मुलाजमान नु पे बैंड नहीं दिता जा रहा ते ना ही पे कमीशन की रिपोर्ट विच सोध की जा रही है। उन्हां कहा कि जे उन्हां दीआं मंगां नु जल्दी पूरा ना किया गया तो संघर्ष नु होर तेज किया जाएगा। अज असी सारे पंजाब दे विच जिहड़े गेट बंद किए आ ते गेट रैलियां कीतियां ने, जे असी मैनेजमेंट नूं पहलां ही नोटिस दिता सी कि असी 15 ते 16 दो दिन की मास कैजुअल लीव ते जा के समुचे पंजाब दे हरेक दफ्तर दे जिहड़े गेट बंद करांगे ते हाजरियां नहीं लावांगे ते छुट्टी ते जावांगे इकट्ठे। इहदा मुख कारण इह आ कि साडा जिहड़ा पे बैंड साडे मुलाजमां नूं जिहड़ा पंजाब सरकार ने 1/12/11 च देता बणदा ते साडा 2006 च ही 1/1/2006 तों, पर पंजाब सरकार ने 1/12/11 च दिता सी। साडी मंग सी कि साडे मुलाजमान नूं 1/12/11 तों पे बैंड दिता जावे और नवे पे बैंड दे नाल जिहड़े साडे स्केल आ उह 1/1/16 तों सोध के सानूं जिहड़े आ तुरंत रिलीज कीते जाण। ना ते सरकार ने और मैनेजमेंट ने साडा पे बैंड रिवाइज़ कीता ते ना ही सानूं जिहड़े नवे पे स्केल दिते आ। साडा मुख मुद्दा इह दो मुद्दयां दे उत्ते अज जिहड़ा असीं गेट बंद कीते आ ते जिहड़ियां रैलियां कर ਇਹ ਸਾਡਾ ਭੁਲੇਖਾ ਕਿ ਚਰਨਜੀਤ ਚੰਨੀ ਸਾਡੀ ਗੱਲ ਸੁਣਦਾ। ਚਰਨਜੀਤ ਚੰਨੀ ਜਦੋਂ ਸਾਨੂੰ ਹਾਂ ਕਰਕੇ ਜਾਂਦਾ ਉਹਦੇ ਨਾਲ ਜਿਹੜਾ ਖਾਲੀ ਖਜ਼ਾਨਾ ਮੰਤਰੀ ਬੈਠਾ ਉਹ ਜਾ ਕੇ ਸਾਰੇ ਕੀਤੇ ਕਿਰਾਏ ਦੇ ਉੱਤੇ ਪਾਣੀ ਫੇਰ ਦਿੰਦਾ ਔਰ ਚੰਨੀ ਜਿਹੜਾ ਵਾ ਬਿਲਕੁਲ ਉਹਨੂੰ ਉਹਨੇ ਹੈਕ ਕਰ ਲਿਆ ਵਾ ਔਰ ਜੋ ਵੀ ਉਹ ਸਲਾਹ ਦਿੰਦਾ ਉਹਦੀ ਸਲਾਹ ਮੁਤਾਬਕ ਜਿਹੜਾ ਵਾ ਚਰਨਜੀਤ ਚੰਨੀ ਚੱਲ ਰਿਹਾ। ਸਾਨੂੰ ਆਸ ਬਹੁਤ ਸੀ ਕਿ ਸਾਡਾ ਇਹ ਇੱਕ ਗਰਾਊਂਡ ਨਾਲ ਜੁੜਿਆ ਜ਼ਮੀਨ ਨਾਲ ਜੁੜਿਆ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਵਾ। ਪੰਜਾਬ ਦੇ ਲੋਕਾਂ ਦੀਆਂ ਬੜੀਆਂ ਆਸਾਂ ਸੀ ਕਿ ਸਾਨੂੰ ਜਿਹੜਾ ਵਾ ਪਹਿਲੀ ਵਾਰੀ ਕਿਸੇ ਰਜਵਾੜਿਆਂ ਦੇ ਟੱਬਰ ਚੋਂ ਨਿਕਲ ਕੇ ਕੋਈ ਇੱਕ ਸਧਾਰਨ ਵਿਅਕਤੀ ਪੰਜਾਬ ਨੂੰ ਮੁੱਖ ਮੰਤਰੀ ਮਿਲਿਆ, ਇਹ ਸਾਡੀ ਗੱਲ ਸੁਣੇਗਾ। ਪਰ ਉਹਦੇ ਨਾਲ ਫਿਰ ਉਸੇ ਰਜਵਾੜੇ ਪਰਿਵਾਰ ਦਾ ਜਿਹੜਾ ਸਾਥੀ ਲੱਗ ਜਾਣਾ, ਉਹਦੇ ਲੱਗਣ ਕਰਕੇ ਚਰਨਜੀਤ ਚੰਨੀ ਦੀ ਆਪਣੀ ਕੋਈ ਹੈਸੀਅਤ ਨਹੀਂ ਰਹਿ ਗਈ। ਨਾ ਉਹ ਕੋਈ ਫੈਸਲਾ ਕਰਕੇ ਤੇ ਉਹਨੂੰ ਸਿਰੇ ਚਾੜਦਾ, ਜਿਹੜੀ ਗੱਲ ਕਰਕੇ ਜਾਂਦਾ ਉਹਨੂੰ ਖਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਿਹੜਾ ਵਾ ਉਹ ਪਤਾ ਨਹੀਂ ਉਹਦੀ ਕੀ ਸੋਚ ਆ। ਉਹ ਸ਼ਾਇਦ ਇਹ ਸਰਕਾਰ ਨੂੰ ਫਿਰ ਆਪਣੇ ਤਾਏ ਦੇ ਹਵਾਲੇ ਕਰਨਾ ਚਾਹੁੰਦਾ ਜਾਂ ਤਾਏ ਦੇ ਪੁੱਤ ਦੇ ਹਵਾਲੇ ਕਰਨਾ ਚਾਹੁੰਦਾ, ਇਸ ਕਰਕੇ ਉਹ ਕਾਂਗਰਸ ਸਰਕਾਰ ਨੂੰ ਫੇਲ ਕਰਨ ਵਾਸਤੇ ਇਹ ਜਿਹੜਾ ਇਹ ਸਾਰੇ ਕੰਮ ਕਰਵਾ ਰਿਹਾ ਵਾ। ਸਾਡੀ ਬੇਨਤੀ ਆ ਕਿ ਸਾਡਾ ਜਿਹੜਾ ਚਰਨਜੀਤ ਚੰਨੀ ਆ ਮੁੱਖ ਮੰਤਰੀ ਪੰਜਾਬ, ਜਿਹੜੀ ਲੋਕਾਂ ਨੂੰ ਉਹ ਤੋਂ ਆਸਾਂ ਨੇ ਉਹ ਆਸਾਂ ਪੂਰੀਆਂ ਕਰੇ ਔਰ ਮੁਲਾਜ਼ਮਾਂ ਦੇ ਮਸਲੇ ਜਿਹੜੇ ਹੱਲ ਕਰੇ, ਨਹੀਂ ਤੇ 2022 ਦੇ ਵਿੱਚ ਕਹਿਣ ਤੋਂ ਗਰੇਜ਼ ਨਹੀਂ ਕਰਾਂਗੇ, ਅਸੀਂ ਡਟ ਕੇ ਸਰਕਾਰ ਦਾ ਵਿਰੋਧ ਕਰਾਂਗੇ ਔਰ ਇਹਨੂੰ ਤਾਕਤ ਦੇ ਵਿੱਚ ਨਹੀਂ ਆਉਣ। ਇਹ ਤਾਂ ਸੰਘਰਸ਼ 2 ਦਿਨ ਵਾਸਤੇ ਅਸੀਂ ਦਿੱਤਾ ਵਾ, 15 ਤੇ 16 ਤਰੀਕ ਵਾਸਤੇ 2 ਦਿਨ ਵਾਸਤੇ। ਜੇਕਰ ਇਹ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਇਹਨੂੰ ਅੱਗੇ ਵੀ ਵਧਾਇਆ ਜਾਵੇ। ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ ਨੀਰਜ ਸਲਹੋਤਰਾ ਦੀ ਰਿਪੋਰਟ।